ਲੇਕਾ ਮੈਂ ਮੁਹੰਮਦ ਜਮਾਲ ਤੁਸੀਂ ਦੇਖਦੇ ਪਏ ਮੇਰਾ YouTube ਚੈਨਲ ਜਮਾਲ ਅਲੀ ਵਲੌਗ ਅੱਲਾ ਦੇ ਕਰਮ ਦੇ ਫਜ਼ਲ ਨਾਲ ਅੱਜ ਦਾ ਵਲੌਗ ਕਰ ਰਹੇ ਹਾਂ ਅਸਲਾ ਵੀਰ ਅੱਜ ਜੁਮੇ ਦਾ ਦੀ ਹੈ ਤੇ ਇਨਸ਼ਾਅੱਲਾ ਜੁਮਾ ਪੜਸੋਂ ਜੁਮੇ ਦੀ ਤਿਆਰੀ ਕਰੇ ਸੋਂ ਤੇ ਬਾਕੀ ਅੱਜ ਧੁੱਪ ਦੇ ਪਰ ਧੁੱਪ ਕਿਉਂ ਨਿਕਲੀ ਖੜੀ ਹੈ ਅੱਜ ਧੁੱਪ ਬਹੁਤ ਨਿਕਲੀ ਖੜੀ ਹੈ ਪਰਸੋਂ ਸਾਡੇ ਦੀ ਆਤ ਬਾਰਿਸ਼ ਹੋਈ ਹੈ ਤੇ ਗਰਮੀ ਬਹੁਤ ਠੀਕ ਹੈ ਤੇ ਬਾਕੀ ਸਾਡੇ ਨਾਲ ਰਹਿਣ ਦੇ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਵੀ ਕਰਨਾ ਯਾਰ ਮੈਂ ਆਇਆ ਵਾ ਤਾਂ ਪੁੱਲ ਦੇ ਥੋੜ੍ਹਾ ਜਿਹਾ ਕੰਮ ਆ ਪਿਆ ਉਹ ਕੰਮ ਕਰਨੇ ਵੱਲ ਤੱਕ ਮਿਲੂ ਯਾਰ ਰੈਡੀ ਵਗੈਰਾ ਠੀਕ ਹੈ ਹੁਣ ਮੈਨੇ ਪੈ ਜੁਮਾ ਪੜ੍ਹਨ ਅਤੇ ਤਾਂ ਕੋਈ ਜੁਮਾ ਮੁਬਾਰਕ ਕਹਿੰਦੇ ਹੁਣ ਬੱਚੇ ਜੋ ਜੁਮਾ ਪੜ੍ਹਦੇ ਹੈ ਉਹ ਵੱਲ ਤੁਹਾਡੇ ਨਾਲ ਮਿਲਦੇ ਪਰ ਜੁੰਮਾ ਅਦਾ ਕਰਕੇ ਅਤੇ ਦੁਬਾਰਾ ਤੱਕ ਸਾਰਿਆਂ ਕੋਲ ਜੁੰਮਾ ਮੁਬਾਰਕ ਅਤੇ ਹੁਣ ਵੇਨੇ ਪਏ ਘਰ ਅਤੇ ਬਾਕੀ ਤੁਹਾਨੂੰ ਪਤਾ ਜਿਵੇਂ ਕਿ ਮੈਂ ਨਿਊ ਕ੍ਰੀਏਟਰ ਹਾਂ ਮੈਂ ਵੈਸੇ ਕੋਨਟੈਂਟ ਕਹਿੰਦਾ ਬਣਾ ਸਕਦਾ ਹਾਲੇ ਜਿਵੇਂ ਤੁਸੀਂ ਚਾਹੁੰਦੇ ਹੋ ਲੇਕਿਨ ਮਜ਼ੀਦ ਮੈਂ ਕੋਸ਼ਿਸ਼ ਕਰੇ ਸਾਂ ਅੱਛੇ ਅੱਛੇ ਕੋਨਟੈਂਟ ਲਾਉਣ ਦੀ ਅਤੇ ਬਾਕੀ ਹੁਣ ਘਰ ਵੇਨੇ ਜਿਵੇਂ ਅੱਗੇ ਸੀਨ ਉਸੀ ਵੱਲ ਵੱਲ ਦੱਸਣੇ ਵਿਊਅਰ ਇਹ ਸਾਡੇ ਪਿੰਡ ਦੇ ਹਾਲਾਤ ਜੇ ਬਾਰਿਸ਼ ਆਵੇ ਨਾ ਸਾਰੇ ਰੋੜੀ ਮੇ ਥੀ ਪੈਂਦਾ ਦੇਖੋ ਇਹ ਸਾਡਾ ਗਾਉਂ ਫਾਈਨਲੀ ਵਿਊਅਰ ਬਹਾਵਲਪੁਰ ਵਾਸਤੇ ਅਸਾਂ ਰਵਾਨਾ ਥੀ ਗਏ ਰਸਤੇ ਦੇ ਤੱਕ ਵੀਡੀਓ ਨਹੀਂ ਦੇ ਸਕਦਾ ਕਿਉਂਕਿ ਵਿੱਚ ਸਵਾਰੀਆਂ ਵਗੈਰਾ ਹਨ ਅਤੇ ਸਾਡੇ ਗਾਉਂ ਦੇ ਕੁਛ ਲੋਕੇਸ਼ਨ ਹਨ ਜੇ ਤੱਕ ਮੈਂ ਦਿਖਾਉਂਦਾ ਪਿਆ ਬਹੁਤ ਹੀ ਪਿਆਰੇ ਲੋਕੇਸ਼ਨ ਹਨ ਇਹਨਾਂ ਕੋਲ ਦੇਖੋ ਅਤੇ ਇੰਜੋਏ ਕਰੋ ਦੇਖੇ ਦੇ ਸਾਰੇ ਇੱਥੇ ਚੈੱਕ ਕਰ ਲੈ ਵੇ ਇਹ ਸਾਰੇ ਗਾਉਂ ਦੀ ਹਰਿਆਲੀ ਹੈ ਚੈੱਕ ਕਰੋ ਬਹੁਤ ਹੀ ਅੱਛਾ ਮਾਹੌਲ ਹੈ ਸਾਰੇ ਗਾਉਂ ਦਾ ਵਧੀਆ ਤੱਕ ਅੱਗਾਂ ਵੀ ਰਸਤੇ ਦੀ ਵੀਡੀਓ ਦੇਸੂ ਬਾਕੀ ਤੁਸੀਂ ਦੇਖ ਸਕਦੇ ਵੇ ਸਾਰੇ ਗਾਉਂ 'ਚ ਹਰ ਤਰ੍ਹਾਂ ਹਰਿਆਲੀ ਵੀ ਹਰਿਆਲੀ ਮਾਸ਼ਾਅੱਲਾ ਬਹੁਤ ਹੀ ਅੱਛਾ ਗਾਉਂ ਹੈ ਮੇਰੇ ਕੋਲ ਫਖਰ ਹੈ ਮੇਰੇ ਗਾਉਂ ਦੇ ਉੱਤੇ ਅਤੇ ਬਾਕੀ ਤੱਕ ਅੱਗਾਂ ਵੀ ਵਿਊਅਰ ਇਹ ਲੋਧਰਾਂ ਦੀ ਲੋਕੇਸ਼ਨ ਹੈ ਮੈਰੀ ਬੈਨੀਕਿਊਟ ਇਹ ਇੱਕ ਮੈਰਿਜ ਹਾਲ ਹੈ ਸਾਡੇ ਲੋਧਰਾਂ ਇਲਾਕੇ 'ਚ ਬਹੁਤ ਹੀ ਬਿਊਟੀਫੁਲ ਮੈਰਿਜ ਹਾਲ ਹੈ ਵਿਊਅਰ ਸਾਡੇ ਲੋਧਰਾ ਸ਼ਹਿਰ ਦੀ ਲੋਕੇਸ਼ਨ ਹੈ ਮੇਨ ਬਾਜ਼ਾਰ ਦੀ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਦੁਕਾਨ ਹਨ ਅਤੇ ਅੱਗਾਂ ਤੱਕ ਪਾਰਕ ਦੀ ਵੀ ਲੋਕੇਸ਼ਨ ਦੇ ਵਿਊਅਰ ਸਾਡਾ ਲੋਧਰਾਂ ਦਾ ਪਾਰਕ ਚਿਲਡਰਨ ਪਾਰਕ ਹੈ ਬਹੁਤ ਸਾਰੇ ਲੋਕਾਂ ਨੂੰ ਪਤਾ ਉਸ ਚਿਲਡਰਨ ਪਾਰਕ ਹੈ ਸਾਡੇ ਲੋਧਰਾਂ ਲੋਕੇਸ਼ਨ ਬਹੁਤ ਹੀ ਅੱਛਾ ਪਾਰਕ ਹੈ ਇੱਕਦਮ ਫਰੀ ਹੈ ਅਤੇ ਲੋਕੇਸ਼ਨ ਚੈੱਕ ਕਰੋ ਤੁਸੀਂ ਹਰ ਤਰ੍ਹਾਂ ਹਰਿਆਲੀ ਹਰਿਆਲੀ ਮਾਸ਼ਾਅੱਲਾ ਬਹੁਤ ਹੀ ਅੱਛਾ ਹੈ ਲੋਧਰਾ ਸ਼ਹਿਰ ਦਾ ਆਪਣੀ ਹੀ ਗੱਲ ਹੈ ਉਹਦੇ ਖੂਬਸੂਰਤੀ ਕੁਝ ਅੱਛਾ ਕੁਝ ਅਨੋਖੀ ਹੈ ਬਾਕੀ ਵਿਊਅਰ ਸਾਡੇ ਨਾਲ ਆਉਣ ਦੇ ਸਾਡੇ ਚੈਨਲ ਨੂੰ ਫੁੱਲ ਸਪੋਰਟ ਕਰਨੀ ਹੈ ਤੁਸੀਂ ਅਤੇ ਬਾਕੀ ਤੱਕ ਅੱਗੇ ਵੀਡੀਓ ਦੇਣੇ ਹੈ ਵਿਊਅਰ ਸਾਡੇ ਲੋਧਰਾਂ ਦੀ ਬੈਸਟ ਲੋਕੇਸ਼ਨ ਹੈ ਇੱਥੇ ਬਾਰਬੀਕਿਊ ਦੇ ਪੈਟਰੋਲ ਪੰਪ ਡੂ ਹੈ ਸਰ ਵੈਸੇ ਮੈਂ ਸੋਚਿਆ ਇਹ ਵੀ ਬੈਸਟ ਪਲੇਸ ਹੈ ਇੱਕ ਵੀ ਵਲੌਗ ਵਿੱਚ ਪਾ ਛੋਣਾ ਬਾਕੀ ਤੁਸੀਂ ਕਮੈਂਟ ਦਿਖਾਇਆ ਤਾਂ ਕਿਵੇਂ ਲੱਗੀ ਫਾਈਨਲੀ ਵਿਊਅਰ ਤੁਸੀਂ ਦੇਖ ਸਕਦੇ ਵੇ ਬਹਾਵਲਪੁਰ ਯਾਨੀ ਕਿ ਕਰਾਚੀ ਮੋੜ ਅਸਾਂ ਪਹੁੰਚ ਚੁੱਕੇ ਹੈ ਅਤੇ ਬਾਕੀ ਅੱਗਾਂ ਨੇ ਤਾਂ ਕੋਈ ਸੀਨ ਦਿਖੇ ਨੇ ਅਤੇ ਬਾਕੀ ਤੁਸੀਂ ਦੱਸਿਆ ਤਾਂ ਅੱਜ ਦਾ ਸਾਡਾ ਵਿਲਾਗ ਕਿਹੋ ਲੱਗਾ ਅਤੇ ਸਫ਼ਰ ਸਾਡੇ ਨਾਲ ਤੋਰਿਆ ਕਿਵੇਂ ਰਿਹਾ ਬਾਕੀ ਇਹ ਤੁਸੀਂ ਮੰਦਰ ਦੇਖ ਸਕਦੇ ਵੇ ਕਰਾਚੀ ਮੋੜ ਦਾ ਬਹੁਤ ਹੀ ਪਿਆਰਾ ਮੰਦਰ ਹੈ ਅਤੇ ਬਾਕੀ ਤੱਕ ਮਿਲਦੇ ਹਾਂ ਅਗਲੇ ਪਾਰਟ ਦੇ ਵਿੱਚ ਅਤੇ ਫੁੱਲ ਸਪੋਰਟ ਕਰਨੀ ਹੈ ਤੁਸੀਂ ਇਨਸ਼ਾਅੱਲਾ ਅਸਾਂ ਵੀ ਬਹੁਤ ਅੱਛੇ ਅੱਛੇ ਵਿਲਾਗ ਪਸੂੰ ਅਤੇ ਬਾਕੀ ਲਵ ਯੂ ਠੀਕ ਹੈ ਸਾਰਿਆਂ ਨੂੰ ਫਾਈਨਲੀ ਵਿਊਅਰ ਇੱਥਾਂ ਤੋਂ ਰੱਖੇ ਤੋਂ ਲੈ ਦੇ ਇੱਕ ਸਾਈਡ ਦੇ ਖੇਣੇ ਥੇ ਅਤੇ ਇਰਾਦਾ ਬਣੇ ਨੇ ਕਹਿਣਾ ਕੁਝ ਖਾਣ ਪੀਣ ਦਾ ਕੁਝ ਖਾਸੋਂ ਪੀਸੋਂ ਅਤੇ ਵਾ ਲੱਗਾਂ ਜਿੱਥਾਂ ਅਸਾਂ ਉਹਨਾਂ ਨੇ ਉਹ ਆਪਣਾ ਸਫ਼ਰ ਤੈਅ ਕਰੇ ਸੋ ਅਤੇ ਕੁਝ ਖਾਣ ਪੀਣ ਨੂੰ ਬਾਅਦ ਤੱਕ ਮਿਲਦੇ ਹਾਂ ਇਨਸ਼ਾਅੱਲਾ ਵਿਊਅਰ ਅਸਾਂ ਇਹ ਬੀਫ ਪਲਾਓ ਆਰਡਰ ਕੀਤੇ ਅਤੇ ਖਾਣਾ ਹੈ ਤਾਂ 7 ਪੀਸ ਮਿਲਣਾ ਤਾਂ ਵਾਲਾ ਅਸਾਂ ਖਾਂਦੇ ਪਏ ਅਤੇ ਬਾਕੀ ਅੱਗਾਂ ਵੱਲ ਤੱਕ ਕਲਿੱਪ ਦੇਸੂ ਬਾਅਦ ਅਤੇ ਇਹ ਖਾ ਪੀ ਮੈਨੂੰ ਵੱਲ ਮਿਲਦੇ ਹੈ ਫਾਈਨਲੀ ਵੀ ਵਾਰ ਹੁਣ ਅਸਾਂ ਵਿਲਾਗ ਤੱਕ ਕਰਨੇ ਪਏ ਅਤੇ ਇਹ ਮੇਰਾ ਕਜ਼ਨ ਮੁਹੰਮਦ ਹਸਨੈਨ ਖਾਂ ਅਤੇ ਬਾਕੀ ਸਾਨੂੰ ਸਪੋਰਟ ਕਰਨੀ ਹੈ ਸਾਡੀ ਵੀਡੀਓ ਨੂੰ ਲਾਈਕ ਕਰਨੇ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨੇ ਅਤੇ ਬਾਕੀ ਮਿਲਦੇ ਹਾਂ ਅਗਲੇ ਵਿਲਾਗ ਅੱਲਾ ਹਾਫਿਜ਼।